ਲੱਗੀ ਆ 75 ਜਾਂ 70 ਆ ਵਿੱਚ ਦੇਖਦੀ ਆ ਰਿਹਾ ਮੈਂ ਦੇ ਨਾਲ ਦੀ ਲਾਉਣੀ। ਸਲਾਮ ਅਲੈਕਮ, ਕੀ ਹਾਲ ਚਾਲ ਨੇ ਸਾਰਿਆਂ ਦੇ ਜੀ? ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜੀ। ਜਿਵੇਂ ਕੱਲ੍ਹ ਤੁਹਾਨੂੰ ਸ਼ੇਅਰ ਕੀਤਾ ਸੀ ਜੀ, ਸਾਹਿਬਵਾਲ ਗਏ ਸੀ ਗੱਡੀ ਦਾ ਕੰਮ ਸ਼ੰਮ ਕਰਾਇਆ ਅਤੇ ਗੱਡੀ ਨਾ ਕਰਵਾਉਣੀ ਸੀ। ਤੁਹਾਨੂੰ ਪਤਾ ਪਿਛਲੇ ਦਿਨ ਇਸਲਾਮਾਬਾਦ ਗਏ ਸੀ ਅਤੇ ਉੱਥੇ ਉਹਨਾਂ ਨੇ ਸ਼ੀਸ਼ੇ ਪਿਛਲੇ ਕਾਲੇ ਸੀ, ਉਹਨਾਂ ਨੇ ਜੀ ਉਹ ਲਾ ਦਿੱਤੇ ਸੀ ਅਤੇ ਜਿਹੜੇ ਲੱਗੇ ਹੁੰਦੇ ਕਵਰ ਕੀਤਾ ਸੀਗਾ ਅਤੇ ਉਹ ਥੋੜ੍ਹਾ ਥੋੜ੍ਹਾ ਖਰਾਬ ਹੋਏ ਸੀ। ਅਸੀਂ ਕਿਹਾ ਸਾਹਿਬਵਾਲ ਆਏ ਹਾਂ ਅਤੇ ਇਹ ਵੀ ਚੇਂਜ ਕਰਾ ਲੈਂਦੇ ਹਾਂ ਅਤੇ ਹੁਣ ਜਾਂਦੇ ਹਾਂ, ਕੋਈ ਵੇਖਦੇ ਹਾਂ ਉੱਥੇ ਕੋਈ ਆ ਡੈਕੋਰੇਸ਼ਨ ਵਾਲੇ ਜਿਹੜੇ ਹੁੰਦੇ ਕਾਰ ਕੂਰਾਂ ਦਾ ਕੰਮ ਕਰਦੇ ਅਤੇ ਉਹਨਾਂ ਕੋਲੋਂ ਆ ਕਵਰ ਵੀ ਲਵਾ ਲੈਂਦੇ ਜੀ ਅਤੇ ਸ਼ੀਸ਼ੇ ਕਾਲੇ ਕਰਾ ਲੈਂਦੇ ਦੁਬਾਰਾ ਤੋਂ। ਅਤੇ ਪਹਿਲੇ ਪਿੱਛੇ ਵਾਲੇ ਸ਼ੀਸ਼ੇ 'ਚ ਉਹ ਲੱਗਾ ਸੀਗਾ, ਉਹ ਬੈਨਰ ਜਿਹਾ ਲੱਗਾ ਸੀ, ਉਹ ਉਤਾਰਿਆ ਸੀਗਾ ਅਤੇ ਹੁਣ ਦੁਬਾਰਾ ਉੱਥੇ ਲਵਾ ਲੈਂਦੇ ਹਾਂ, ਕਾਲੇ ਕਰਾ ਦਿੰਦੇ ਸ਼ੀਸ਼ੇ। ਅੱਜ ਦੀ ਵੀਡੀਓ ਤੁਹਾਨੂੰ ਸ਼ੇਅਰ ਕਰਦੇ ਹਾਂ, ਆਈ ਹੋਪ ਤੁਸੀਂ ਇੰਜੋਏ ਕਰੋਗੇ ਵੀਡੀਓ, ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਬਾਓ ਤਾਂ ਕਿ ਅੱਛੀ ਅੱਛੀ ਵੀਡੀਓ ਬਣਾਉਂਦੇ ਰਹੀਏ। ये हम लोग पहुंच चुके हैं, ये साहिवाल का ईदगाह रोड है तो यहाँ पे ये सारी कारों की शॉप है। यहाँ पे हम लोग देखते हैं जो अच्छे से कवर लगा देगा उससे किसी से बात करके हम लोग लगवाते हैं, और इधर से हम लोगों ने पोशिश भी करानी है तो किसी पोशिश वाले से भी बात कर लेते हैं और कौन सा कलर हम लोग अभी देख के डिसाइड करते हैं और आपके साथ भी शेयर करेंगे। तो ये भाई लगे हुए हैं लगाने के लिए, तो ये कह रहे हैं पूरा पेपर एक ही साथ नहीं लगेगा, इसके पीसीज होते हैं। उन्होंने हमें गाड़ियां भी चेक कराई हैं तो सबके वो कह रहे हैं ऐसे ही लगाते हैं, और जो बड़ा पेपर है वो बाहर वाली साइड पे लगता है। हाँ जी 2000 देता हूँ, आह पेपर लोन दे काला बैक साइड दे। ਯਾਦ ਰੱਖਿਓ ਯਾਰ ਬੋਲਣ ਦੇ।